ਬਾਲਣ ਨਾਲ ਹੈਗਾ ਕਿਉਂਕਿ ਹਨੇਰੀ ਆ ਗਈ ਸੀ, ਇਸ ਵਜ੍ਹਾ ਤੋਂ ਬਿਸਤਰੇ ਬੁਸਤਰੇ ਹਰ ਚੀਜ਼ ਗੁੰਝਣ ਦੀ ਕੀਤੀ ਹੈਗੀ ਹੈ, ਅਤੇ ਹੁਣ ਜਿਹੜਾ ਨਾ ਥੋੜ੍ਹੀ ਜਿਹੀ ਹਨੇਰੀ ਰੁਕਦੀ ਹੈਗੀ ਹੈ ਅਤੇ ਫਿਰ ਅੱਜ ਮੈਂ ਤੀ ਕੰਮ 'ਤੇ ਛੁੱਟੀ ਹੈ। ਰਹੀਮ ਅਸਲਾਮੁ ਅਲੈਕੁਮ, ਕੀ ਹਾਲ ਚਾਲ ਹੈ ਮੇਰੇ ਤਮਾਮ ਭੈਣ ਭਾਈਆਂ ਦੇ, ਉਮੀਦ ਕਰਨਾ ਸਾਰੇ ਠੀਕ ਹੋਣਗੇ, ਜਿੱਥੇ ਵੀ ਉਹ ਖੁਸ਼ ਰਹੋ ਆਬਾਦ ਰਹੋ ਮਿਸ਼ਾਲ ਤੇ ਵਸਦੇ ਰਹੋ। ਟਾਈਮ 4 ਹੋ ਗਿਆ ਤਕਰੀਬਨ, ਜਿਹਨੇ 6:15 ਹੋ ਗਏ ਆ, ਕੰਮ ਤੋਂ ਹੋਣਾ ਆ ਗਿਆ ਅਤੇ ਅਮੀਰ ਦੱਸ ਰਿਹਾ ਗਿਆ ਕਿ ਭਾਈ ਜਹਾਜ਼ ਵੀ ਆਏ ਸੀਗੇ ਅਤੇ ਖੈਰ ਕੋਈ ਨਹੀਂ, ਕੰਮ ਜਿਹਨ ਆ ਗਿਆ ਅਤੇ ਬੇਗਮ ਜੈਨ ਤਬੀਅਤ ਮਾਸ਼ਾਅੱਲਾ ਪਹਿਲੇ ਜਿਹਨ ਕਾਫੀ ਬਿਹਤਰ ਰਹਿ ਗਈ। ਪਹਿਲਾਂ ਦਿਨ ਤੋਂ ਗੁਜ਼ਰ ਜਾਤਾ ਹੈ ਦੁਨੀਆ ਕੀ ਰੌਣਕ ਮੈਂ ਵਸੀ, ਕੁਛ ਲੋਕ ਬਹੁਤ ਯਾਦ ਆਤੇ ਹੈ ਸ਼ਾਮ ਹੋ ਜਾਣੇ ਕੇ ਬਾਅਦ, ਦਿਨ ਤਾਂ ਜਿੰਨਾ ਫਿਰ ਤੁਹਾਨੂੰ ਪਤਾ ਹੈ ਗੁਜ਼ਰ ਜਾਂਦਾ ਹੈ। ਬਸ ਕੀ ਆਖੀਏ, ਜੋ ਰੱਬ ਦੀ ਰਜ਼ਾ ਲਿਖਣ ਹੈਗਾ ਕਿ ਮਾਸ਼ਾਅੱਲਾ ਜੇ ਬੇਗਮ ਤਬੀਅਤ ਪਹਿਲੇ ਨਾ ਕਾਫੀ ਬਿਹਤਰ ਹੈ, ਕੰਮ ਸ਼ੰਮ ਜੇ ਨਾ ਕਰਨ ਵਾਲੇ ਹੁਣ ਜੇ ਨਾ ਦੁਕਾਨ 'ਤੇ ਚੱਲ ਕੇ ਸਮਾਨ ਲੈ ਕੇ ਆਉਣਾ ਹੈਗਾ, ਕੁਛ ਸਮਾਨ ਜੇ ਨਾ ਲਿਆ ਕੇ ਦਿੱਤਾ ਗਿਆ ਸੁਬਾਹ ਜਾਣ ਤੋਂ ਪਹਿਲੇ, ਕੁਝ ਜੇ ਨਾ ਫੋਨ ਲੈ ਕੇ ਆਉਣਾ ਗਿਆ ਬੋਰੀ ਅਤੇ ਤੈਬਰ ਜੇ ਨਾ ਪੈਂਦੇ ਹੈਗੇ ਦੁਕਾਨ 'ਤੇ, ਮੈਂ ਜੇ ਨਾ 4 ਪੈਸੇ ਜੇ ਨਾ ਇੱਧਰੋਂ ਕੰਮ ਮਤਲਬ ਕਿ ਮਿਹਨਤ ਮਜ਼ਦੂਰੀ ਆਪਣੀ ਕਰੀ ਅਤੇ ਕੱਲ੍ਹ ਜੁਮਾ ਹੈਗੀ ਛੁੱਟੀ ਪਾ ਲਿਆ ਜੇ ਨਾ ਕਰਾਂਗੇ, ਕਿਉਂਕਿ ਇਸ ਟਾਈਮ ਵਲੌਗ ਵਗੈਰਾ ਹੀ ਬਣਾਉਣਾ ਹੁੰਦਾ ਗਿਆ, ਉਹਨੇ ਬਾਈ ਜਾ ਸਲੂ ਜੇ ਨਾ ਉਹ ਆਉਂਦੇ ਹਾਂਗੇ ਮਾੜਾ ਮੋਟਾ ਵਲੌਗ ਵਗੈਰਾ ਜੇ ਬਣ ਜਾਏਗਾ। ਬੇਗਮ ਜੇ ਨਾ ਰੋਟੀ ਪਾਣੀ ਜੇ ਨਾ ਸੁਬਾਹ ਦੇ ਕੀਤੀਆਂ ਨੇ ਅਤੇ ਕਾਹ ਖੋ ਕੇ ਬੈਠਿਆ ਗਿਆ, ਮੈਂ ਪੁੱਛਿਆ ਗਿਆ ਤਬੀਅਤ ਜੇ ਨਾ ਠੀਕ ਕਾਲ ਜੇ ਨਾ ਬੜੇ ਦਿਨ ਡਿਪਰੈਸ਼ਨ ਵਿੱਚ ਆ ਗਿਆ ਨੇ, ਇਕੱਲੇ ਆਉਣਾ ਜੇ ਮੇਰੇ ਫਿਰ ਕਿਤੇ ਵੀ ਕੋਈ ਨਹੀਂ ਗਿਆ ਨਹੀਂ ਇਸ ਕਰਕੇ। ਹਾਂਜੀ ਜਾਣ ਲੱਗਿਆ ਸੀਗਾ, ਮਾਸੀ ਉਰੇ ਦੀ ਤਬੀਅਤ ਬਹੁਤ ਖਰਾਬ ਹੋ ਗਈ ਹੁਣ, ਕਿਉਂਕਿ ਰਾਤ ਨੂੰ ਗਿਆ ਸੀ ਜੀ ਉੱਧਰ, ਅੰਮੀ ਉਰੀ ਤੱਕ ਸਰੀਅਤ ਉੱਦੇ ਰਹਿੰਦੇ ਹੈਗੇ ਅਤੇ ਹੁਣ ਫਿਰ ਜੀ ਨੇ ਜਾਣ ਲੱਗਿਆ ਉੱਧਰ, ਮਾਸੀ ਉਰੇ ਨੇ ਉਹਨਾਂ ਤਬੀਅਤ ਜੀ ਨੇ ਬਹੁਤ ਖਰਾਬ, ਮੈਂ ਦੇਖ ਰਿਹਾ ਇਹਨਾਂ ਤੱਕ ਕਿਤੇ ਕਾਨੀਆਂ ਜੀ ਆਣ ਕੋ ਪਤਾ ਗੋਲੇ ਖਾਂਦੇ ਬੰਦੇ ਨੇ, ਮੈਨੂੰ ਦੇ ਦੇ ਸ਼ਾਰਾ ਲੈ ਲਾ, ਤੋਲਾ ਥੋੜ੍ਹਾ ਲੈ ਲਾ, ਨਹੀਂ ਦੇਖਾ ਇੱਧਰ ਜੇ ਇਹਨਾਂ ਮੰਮਾ ਦੀ ਸਾਵੇ ਫਿਰਦਾ ਇਸ ਕੇ ਹੁਣ ਆਇਆ ਵਾਪਸ, ਅੰਮੀ ਹੋਰ ਜੇ ਇਹਨਾਂ ਨੇ ਫਿਰ ਚੜ੍ਹ ਕੇ ਉੱਤੇ ਆ ਗਏ, ਮਾਸੀ ਹੋਰ ਵਾਲੇ ਉਹਨਾਂ ਜੇ ਇਹਨਾਂ ਤਬੀਅਤ ਥੋੜ੍ਹੀ ਬਹੁਤ ਜੇ ਇਹਨਾਂ ਖਰਾਬ ਆਏਗੀ ਅਤੇ ਅੱਛਾ ਰੋਟੀ ਪਾਣੀ ਤਾਂ ਕੀਤਾ ਕੋਈ ਨਹੀਂ, ਚਲੋ ਰੋਟੀ ਪਾਣੀ ਬਣਾ ਲਿਆ ਜੀ। ਅੱਬੂ ਹੋਰਾਂ ਦੀ ਜੇ ਇਹਨਾਂ ਰਾਤ ਦੀ ਤਬੀਅਤ ਜੇ ਇਹਨਾਂ ਕਾਫੀ ਖਰਾਬ ਹੈਗੀ ਅਤੇ ਹੈਗੀ, ਅੰਮੀ ਹੋਰਾਂ ਨੂੰ ਜੇ ਇਹਨਾਂ ਕਾਫੀ ਵੀਕਨੈਸ ਵਗੈਰਾ ਅਤੇ ਅੱਬੂ ਹੋਰਾਂ ਦੀ ਸੇਮ ਸਿਚੁਏਸ਼ਨ ਹੈ, ਕਮਜ਼ੋਰੀ ਵੀ ਹੈ, ਉਸ ਤੋਂ ਇਲਾਵਾ ਵੈਸੇ ਜੇ ਇਹਨਾਂ ਕਾਬਰ 'ਚ ਕਾਫੀ ਜ਼ਿਆਦਾ ਆਉਂਦੀ ਨੇ, ਮਤਲਬ ਕਿ ਉਹ ਅੱਗੇ ਵਾਲਾ ਜਿਹਨਾਂ ਗੁਰਦੇ ਵਾਲਾ ਪ੍ਰੋਬਲਮ ਤਾਂ ਜਿਹਨਾਂ ਮਾਸ਼ਾਅੱਲਾ ਕੋਈ ਨਹੀਂ ਹੁਣ ਬਣਦੀ ਹੈਗੀ, ਲੇਕਿਨ ਮਜ਼ੀਦ ਜੇ ਇਹਨਾਂ ਕਾਫੀ ਜੇ ਇਹਨਾਂ ਤਬੀਅਤ ਠੀਕ ਨੇ, ਇਨਸ਼ਾਅੱਲਾ ਅੱਲਾ ਖੈਰ ਕਰੇਗਾ ਆਹਿਸਤਾ ਆਹਿਸਤਾ। ਬਸ ਦੁਆ ਕੀਤੀ ਕਰੋ, ਸਾਡੀਆਂ ਦੁਆ ਹਮੇਸ਼ਾ ਤੁਹਾਡੇ ਨਾਲ ਹੀ ਰੱਖਦੇਗੀ। ਟਾਈਮ 4 ਹੋ ਗਿਆ ਮੁਹੰਮਦ ਈਸਾ ਟਿੱਕੀ ਛੇਪਲੋ ਪਾਸਤਾ ਪਾਸਤਾ ਮੁਹੰਮਦ ਈਸਾ ਜੀ ਮੇਰੇ ਕੋਲ ਬੈਠਾ, ਜਾ ਉਮਰ ਬਰਫ ਲਾਇਆ ਜਲਦੀ ਜਲਦੀ ਜਾ ਤੇ ਜਲਦੀ ਜਲਦੀ ਆ, ਨਹੀਂ ਉੱਠਦੇ ਨਾ ਸਾਨੂੰ ਰੋਟੀ ਤਾਂ ਕਰਨ ਲੱਗਿਆ ਕੀ ਛਲਾ, ਚਲੋ ਸਹੀ ਹੋ ਗਿਆ ਬਾਕੀ ਜੇ ਨਾ ਹਵਾ ਚੱਲੀ ਹੋਈ ਪੰਕੇ ਸ਼ੰਕੇ ਦੀ ਕੋਈ ਜ਼ਰੂਰਤ ਨਹੀਂ ਹੈਗੀ, ਬੜਾ VIP ਮੌਸਮ ਬਣਿਆ ਹੋਇਆ, ਇਹਨਾਂ ਚਾਹ ਦੇ ਮੁਹੰਮਦ ਈਸਾ ਪਾਪੜ ਪਾਸਿਆਂ ਨੂੰ ਤਾਲ ਛੱਡਿਆ ਗਿਆ, ਖਾਓ ਖਾਓ ਬੇਗਮ ਮੇਰੇ ਨੇ ਬਣਾਇਆ ਪਾਸਤੇ, ਲੇਕਿਨ ਮੇਰੇ ਕੋਲ ਤਾਂ ਨਾ ਖਾਧਿਆ ਗਿਆ ਬਣਾ ਸਰ ਵੀ ਤੇ ਬੱਗੀ ਹੋਈ ਖਾ ਬੱਗੀ ਪਾਸਤਾ ਖਾਣੇ ਮਾਂ ਮਾਂ ਕੋ ਪੇ ਆ ਮਾਂ ਕੋਲ ਬੜੇ ਸੋਹਣੇ ਸੋਹਣੇ ਪਾਪੜੇ ਨੇ ਖਾ ਲਾ ਹੈ ਜਾ ਖਾ ਲਾ ਮੁਹੰਮਦ ਈਸਾ ਮੁਹੰਮਦ ਈਸਾ ਪਾਸਤਾ ਖਾਣੇ ਪਾਪੜ ਖਾਣੇ ਹਾਂਜੀ ਕਾਕਾ ਪਿਦਨੇ ਨਿੱਕੂ ਚਾਰੇ ਹਾਂਜੀ ਜੀ ਸੁਬਹਾ ਸੁਬਹਾ ਦਾ ਟਾਈਮ ਹੈ ਅਤੇ ਹਨੇਰੀ ਜਿਹੜੀ ਹੈ ਨਾ ਬਹੁਤ ਹੀ ਜ਼ਿਆਦਾ ਆਈ ਖਲੋਤੀ ਹੈਗੀ ਹੈ, ਬਿਲਕੁਲ ਤੂਫਾਨ ਤਰ੍ਹਾਂ ਇੰਨੀ ਹਨੇਰੀ ਆਈ ਹੈਗੀ, ਸਾਰਾ ਜਿਹੜਾ ਨਾ ਸਫਾਈ ਸਫੂਈ ਕੀਤੀ ਸੀਗੀ ਅਤੇ ਕੂੜਾ ਵਾਲਾ ਚੁੱਕਣ ਵਾਲਾ ਸੀ ਤਾਂ ਹਨੇਰੀ ਜਿਹੜੀ ਹੈ ਨਾ ਆ ਗਈ ਸੀਗੀ ਅਤੇ ਇਸ ਵਜ੍ਹਾ ਤੋਂ ਨਾ ਜਿਹੜਾ ਕੂੜਾ ਨਾ ਕੋਈ ਨਹੀਂ ਚੁੱਕਿਆ ਹੈਗਾ ਅਤੇ ਲੱਗਦਾ ਹੈ ਬਾਰਿਸ਼ ਬੜੀ ਜ਼ਿਆਦਾ ਆਏਗੀ ਕਿਉਂਕਿ ਕਾਲਾ ਸਿਆਹ ਬੱਦਲ ਹੋਇਆ ਸਾਰਾ ਸਮਾਨ ਕਾਲਾ ਹੋਇਆ ਪਿਆ, ਪਿੱਛੋਂ ਪਿੱਛੋਂ ਸਾਫ਼ ਹੁੰਦਾ ਜਾਂਦਾ ਹੈਗਾ ਅਤੇ ਅੱਗੋਂ ਅੱਗੋਂ ਜਿਹੜਾ ਨਾ ਸਾਰਾ ਕਾਲਾ ਬੱਦਲ ਆਇਆ ਅਤੇ ਬਾਕੀ ਜਿਹੜਾ ਨਾ
ਸਾਰਾ ਕੰਮ ਸ਼ਾਮ ਤਾਂ ਕਰ ਲਿਆ ਹੈਗਾ ਸੁਬਹ ਸੁਬਹ, ਅਤੇ ਰੋਟੀਆਂ ਜਿਹੜੀਆਂ ਨੇ ਉਹ ਬਣਾਉਣ ਵਾਲੀਆਂ ਹੈਗੀਆਂ ਨੇ, ਅਤੇ ਬੱਚਿਆਂ ਦਾ ਦੁੱਧ ਵੀ ਉਬਾਲਣ ਵਾਲਾ ਹੈਗਾ ਕਿਉਂਕਿ ਹਨੇਰੀ ਆ ਗਈ ਸੀਗੀ, ਇਸ ਵਜ੍ਹਾ ਤੋਂ ਬਿਸਤਰੇ ਬੁਸਤਰੇ ਹਰ ਚੀਜ਼ ਕੁੰਜਣ ਦੀ ਕੀਤੀ ਹੈਗੀ ਹੈ, ਅਤੇ ਹੁਣ ਜਿਹੜਾ ਨਾ ਥੋੜ੍ਹੀ ਜਿਹੀ ਹਨੇਰੀ ਰੁਕਦੀ ਹੈਗੀ ਹੈ, ਅਤੇ ਫਿਰ ਬੱਚਿਆਂ ਦੁੱਧ ਉਬਾਲ ਲੈਂਦੀ ਹਾਂ, ਉਬਾਲ ਕੇ ਅਤੇ ਫਿਰ ਉਸ ਤੋਂ ਬਾਅਦ 'ਚ ਜਿਹੜਾ ਨਾ ਰੋਟੀਆਂ ਰੋਟੀਆਂ ਬਣਾਉਣੀ ਤਾਂ ਨਾ ਬਣੀਆਂ, ਅਤੇ ਫਿਰ ਦੁਪਹਿਰੇ ਜਿਹੜਾ ਨਾ ਇੱਕ ਵਾਰ ਬਣਾ ਲਈ, ਕਿਉਂਕਿ ਰਾਤ ਵੀ ਅਸੀਂ ਬਈਆਂ ਰੋਟੀਆਂ ਸਟੰਪ ਕਰਨੀਆਂ ਹੈਗੀਆਂ, ਅਤੇ ਨਾਲ ਲੱਸੀ ਬਣਾ ਲੈਂਦੇ ਹੈਗੀਆਂ। ਇੰਨਾ ਬੜਾ ਖਰਾਬ ਬਣਿਆ ਹੋਇਆ ਅਤੇ ਮੈਂ ਵੇਖਣਾ ਰੇਤ ਰੇਤ ਜਿਹੀ ਅੱਧੀ ਉੱਡ ਗਈ ਹੈ, ਬਹੁਤ ਜ਼ਿਆਦਾ ਉਹ ਤਾਂ ਜੇ ਤੂਫਾਨ ਕਰ ਗਿਆ ਪਹਿਲੇ ਜਿਹੜੀ ਕਾਫੀ ਜ਼ਿਆਦਾ ਹੋ ਗਈ, ਹੁਣ ਬਾਰਿਸ਼ ਮਾਰੀ ਮਾੜੀ ਆਉਣੀ ਸ਼ੁਰੂ ਹੋ ਗਈ, ਕਿਉਂ ਕਰਨਾ ਕੰਨੀਆਂ ਛੋਟੀਆਂ ਛੋਟੀਆਂ ਨਾ ਆਉਣੀ ਸਟਾਰਟ ਹੋ ਗਈ, ਬਾਰਿਸ਼ ਆਉਣੀ ਜੇ ਨਾ ਸਟਾਰਟ ਹੋ ਗਈ ਹੈ, ਹਾਲਤ ਥੋੜ੍ਹੀ ਹੈਗੀ ਮਜ਼ੀਦ ਵੱਧ ਰਹੀ ਹੈ ਬਾਰਿਸ਼, ਕੱਲ੍ਹ ਜੇ ਨਾ ਵਲੋਗ ਫਿਰ ਤੁਹਾਨੂੰ ਪਤਾ ਹੈਗਾ ਕੰਮ ਤੋਂ ਲੇਟ ਆਇਆ, ਤਦ ਕਰਕੇ ਜੇ ਨਾ ਵਲੋਗ ਜੇ ਨਾ ਕੋਈ ਨਹੀਂ ਬਣਿਆ। ਇੱਕ ਮਿੰਟ ਇੱਕ ਮਿੰਟ ਇਹ ਫੱਟਾ ਠੀਕ ਨਾ, ਕੋਈ ਨਹੀਂ ਹਵਾ ਨੇਰ ਆਇਆ ਤਾਂ ਕੋਈ ਥੋੜ੍ਹਾ ਹੀ ਕਰਨਾ, ਇੱਧਰ ਚੜ੍ਹਦੇ ਪਾਸੇ ਇੱਥੇ ਥੋੜ੍ਹਾ ਲਾਂਦੇ ਲਈ ਕਰ, ਅੱਛਾ ਕੁੰਡਾ ਮੁੜ ਥੋੜ੍ਹਾ ਲਾਂਦੇ ਲਈ ਕਰਨਾ, ਚਲ ਅੱਛਾ ਗਾ ਹੋਰ ਲਟਕਾ ਮੈਂ ਲਾ ਛੱਡਿਆ, ਕੋਈ ਨਹੀਂ ਜੋ ਹੋਇਆ ਮੁੜ ਅੱਲਾ ਵਾਰਸ ਹੈ, ਅਜੇ ਨੇ ਸੜਕਾ ਦਿੱਤਾ ਬੇਗਮ ਜੈਨ ਇੱਧਰ ਕਾਫੀ ਰੋਟੀ ਪਾਣੀ ਫੁੱਲ ਤੇਜ਼ ਆਉਣੀ ਸ਼ੁਰੂ ਹੋ ਗਈ, ਉਮਰ ਵੀ ਆ ਗਈ ਚੰਗੀ ਤੇਜ਼ ਆਉਣੀ ਸ਼ੁਰੂ, ਚਿੱਟਾ ਥੋੜ੍ਹਾ ਥੋੜ੍ਹਾ ਜਿਹਾ ਲੱਗਣਾ ਸ਼ੁਰੂ ਹੋ ਗਿਆ। ਅੱਜ ਮੈਂ ਇੱਥੇ ਕੰਮ 'ਤੇ ਛੁੱਟੀ ਹੈ, ਮੁਹੰਮਦ ਹਸਨ ਚੜਿਆ ਹੈਗਾ ਬੋਰੀ ਆ ਗਿਆ ਹੈਗਾ ਲਗਾ ਲੱਗੇ ਹੈਗੇ ਇਹ ਬੁ ਕੋਈ ਟਿਕਣਾ ਕਮਰੇ ਦੇ ਵਿੱਚ ਗਈਆਂ ਹੈ ਉਮਰ ਜਾ ਕਲਾਮੀ ਭਲਾ ਮੈਂ ਅੱਗੇ ਲਾਇਆ ਨਹੀਂ ਕਛਾ ਹੋਰ ਹੱਥ ਮੂਸਾ ਜਿਹਾ ਰੱਖ ਛੱਡ ਬਾਬਾ ਲੈ ਜਾ ਬਾਬਾ ਲਿਆ ਜਾ ਕਿੱਥੇ ਜਾਊ ਮੈਂ ਅੱਛਾ ਸੋਟੀ ਰਹਿ ਗਈ ਬਾਹਰ ਹੋ ਗਿਆ ਅੱਛਾ ਗੱਲ ਸੁਣ ਕੱਲ੍ਹ ਆਪੀ ਤਾਂ ਗਈਆਂ ਆਪਣੀ ਕਿਵੇਂ ਬਾਏ ਆਪੀ ਆਮ ਆਪਣੀ ਬਾਏ ਬਾਏ ਕਿਵੇਂ ਕੀਤਾ ਯਾਰ ਚੱਲ ਕਬਰ ਤੇ ਗਈ ਹੈ ਆਉਣ ਲੱਗਿਆ ਨਹੀਂ ਆਪੀ ਬਾਏ ਬਾਏ ਮਾਸ਼ਾਅੱਲਾ ਸੁਭਾਨ ਅੱਲਾਹ ਅੱਧੀ ਰੇਤ ਉੱਡ ਗਈ ਹੈ ਅੱਧੀ ਇੱਕ ਰੇਤ ਬਚ ਗਈ ਲੇਕਿਨ ਬਾਰਿਸ਼ ਆ ਗਈ ਹੁਣ ਕੰਮ ਉੱਠਿਆ ਹਾਂਜੀ ਮੰਮਾ ਦੀ ਸਾ ਆਓ ਦੀ ਜੁੱਤੀ ਜਾਓ ਚਾਹ ਲੈ ਨਹੀਂ ਜਾਂਦੇ ਅੱਗੇ ਬਾਰਿਸ਼ ਨਾਂਦੇ ਆ ਇਹਦਾ ਚਾਹ ਕੇ ਆ ਗਈ ਰਾਤ ਜੇ ਨਾ ਸਿਮਾ ਸ਼ੁਰੂ ਜੇ ਨਾ ਇੱਦੂ ਜੇ ਨਾ ਪਾਣੀ ਆ ਕੇ ਜੇ ਨਾ ਸਾਰਾ ਡੇਰੀ ਦੀ ਮਸ਼ੀਨ ਜੇ ਦਾ ਡੱਬਾ ਵੀ ਵੇਚ ਗਿਆ ਕਿਉਂਕਿ ਮਸ਼ੀਨ ਜੇ ਨਾ ਉਹਦਾ ਵੇਚ ਗਈ ਹਾਲਾਂਕਿ ਇੰਨੀ ਵਾਰੀ ਛਾਪਰ ਲਾਇਆ ਹੈਗਾ ਟਿਕਦਾ ਹੀ ਨਹੀਂ ਹੁਣ ਹਵਾ ਨਾ ਵੱਟਾ ਉੱਡ ਕੇ ਮੱਥੇ 'ਚ ਆਵੇ ਨਹੀਂ ਟਿਕਣਾ
बट्टा देख गया ठीक है मंजी सुनिए पर कल एयर कूलर का सीट ना खराब हो गया मशीन चाल ही नहीं हां गत्ता जे खराब हो रहे मैं गत्ते की गल करदा पेंगे मशीन तो चलो विच को बचत बचत हो जाती आगे पुरान तड़ी जाइए बारिश जे ना तारा ना रोई पी ये ना कोई नहीं अल्लाह पाक दे सी इंशाल्लाह इस तरह सारे काम करेंगे बारिश वाह वाह यार ये बाहर रेत पई है मैं ना वेखी अद्धी ना ज्यादा उड़ गई किशाबू ताकि रात जी ने ऐलान कर दिता है जी बिजली मजीद महंगी हो गई हाँ जी गड्डी जरा दुबदी पी साफ होंगी पी चमकती पी कुछ नहीं होंगे नहीं जाना बाहर आ जा जा लैके बन हाँ जी और सुना बिल्ली ठीक है सारे उत्ते तरक्का पै गए एयर कूलर चलाना नहीं है क्या बिना हम सारा पानी बढ़िया पे बचना सर्दी लगती पी बेटे में जो रब न मंजूर बाकी इंशाल्लाह दुआ किसी करो इंशाल्लाह सारिया दुआ हमेशा थोड़े नाल अल्लाह पाक मेरे भैन भाइयों की हालत करम फरमाए तमाम दी परेशानियां दूर करे तमाम दी बरकत बरकत पाए बाहर जाने तेरे चवानी शुरू हो गई नजर आ रही हूँ तुम्हें क्या कह के तू कहीं आ रही चलो इतना तक बारिश आती थी अंधेरी नहीं आंधी पई है।